ਅੱਜ ਅਸੀਂ ਜਥੇਬੰਦੀ ਦੇ ਸੱਦੇ ਤੇ 10 ਤੋਂ 12 ਵਜੇ ਤੱਕ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਤੇ ਆਪਣੀਆਂ ਮੰਗਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਹਾਂ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ, ਜਿਵੇਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਪਹਿਲੀ ਮੰਗ ਹੈ ਸਾਡੀ। ਦੂਜੀ ਮੰਗ ਹੈ ਵੀ ਤਨਖਾਹ ਵਾਧਾ ਲਾਗੂ ਕਰਨਾ, ਜਿਹੜਾ ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ ਵੀ ਆਇਆ 2016 ਦਾ ਕਿ ਜਿੰਨੀ ਪੱਕੇ ਮੁਲਾਜ਼ਮ ਨੂੰ ਤਨਖਾਹ ਦਿੱਤੀ ਜਾਂਦੀ ਉਨੀ ਕੱਚੇ ਨੂੰ ਦਿੱਤੀ ਜਾਵੇ। ਔਰ ਤੀਸਰੀ ਮੰਗ ਸਾਡੀ, ਜਿਹੜੀਆਂ ਕੰਡੀਸ਼ਨਾਂ ਸਾਡੇ ਤੇ ਮਾਰੂ ਲਾਈਆਂ ਹੋਈਆਂ, ਮੁਲਾਜ਼ਮ ਨੂੰ ਕੱਢਿਆ ਜਾਂਦਾ ਔਰ ਰੱਖਣ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ, ਸੋ ਉਹ ਖਤਮ ਕਰਕੇ ਤੇ ਸਰਵਿਸ ਰੂਲ ਲਾਗੂ ਕੀਤੇ ਜਾਣ। ਔਰ ਨਾਲ ਹੀ ਵਿਭਾਗ ਦੇ ਵਿੱਚ ਬੱਸਾਂ ਪਾਉਣ ਦੀ ਮੰਗ ਹੈ ਕਿ ਵਿਭਾਗ 'ਚ ਬੱਸਾਂ ਪਾਈਆਂ ਜਾਣ ਤੇ ਲੋਕਾਂ ਨੂੰ ਰੁਜ਼ਗਾਰ ਦਿੱਤੇ ਜਾਣ। ਸੋ ਇਹੋ ਜਿਹੀਆਂ ਮੰਗਾਂ ਨੂੰ ਲੈ ਕੇ ਅਸੀਂ ਆਪਣੇ ਜਿਹੜੇ ਸੰਘਰਸ਼ ਕਰ ਰਹੇ ਹਾਂ। ਪਰ ਬੀਤੇ ਦਿਨ ਤੁਹਾਡੀ ਜਿਹੜੀ ਮੀਟਿੰਗ ਦਾ ਵੀ ਇੱਕ ਚੰਨ ਸੀ ਵੀ ਮੀਟਿੰਗ ਕੀਤੀ ਗਈ ਸੀ। ਬਿਲਕੁਲ, ਅਸੀਂ 21 ਤਰੀਕ ਨੂੰ ਆਪਣੀ ਹੜਤਾਲ ਰੱਖੀ ਸੀ ਸਾਡੇ ਸੰਘਰਸ਼ਾਂ ਦੀ ਬਦੌਲਤ, ਜਿਹੜੀ ਟਰਾਂਸਪੋਰਟ ਮੰਤਰੀ ਜੀ ਨਾਲ ਮੀਟਿੰਗ ਫਿਕਸ ਹੋਈ ਸੀ 22 ਤਰੀਕ ਨੂੰ, ਤੇ ਉਹਨਾਂ ਨੇ ਸਾਨੂੰ ਕਿਹਾ ਸੀ 16 ਤਰੀਕ ਨੂੰ ਮੀਟਿੰਗ ਕਰਕੇ ਕਿ ਤੁਸੀਂ ਆਪਣੀ ਹੜਤਾਲ ਪੋਸਟਪੋਨ ਕਰਕੇ ਤੇ ਸਾਡੇ ਨਾਲ ਮੀਟਿੰਗ ਕਰੋ, ਅਸੀਂ ਤੁਹਾਡੀਆਂ ਮੰਗਾਂ ਦਾ ਹੱਲ ਕਰਾਂਗੇ। ਅਸੀਂ ਲੋਕਾਂ ਦੀ ਖੱਜਲ ਖਵਾਰੀ ਨੂੰ ਮੁੱਖ ਰੱਖ ਕੇ ਜਿਹੜੀ ਹੜਤਾਲ ਨੂੰ ਪੋਸਟਪੋਨ ਕੀਤਾ ਔਰ 22 ਤਰੀਕ ਨੂੰ ਮੀਟਿੰਗ ਕਰਨ ਗਏ ਆ, ਤੇ ਜਦੋਂ ਮੀਟਿੰਗ ਕਰਨ ਗਏ ਸਿੱਧੇ ਤੌਰ ਤੇ ਆ ਕਿ ਟਰਾਂਸਪੋਰਟ ਮੰਤਰੀ ਜੀ ਮੀਟਿੰਗ ਤੋਂ ਭੱਜੇ ਆ, ਉਹ ਆਪਣੇ ਹਲਕੇ 'ਚ ਗਏ ਆ ਤੇ ਮੀਟਿੰਗ ਸਾਡੇ ਨਾਲ ਨਹੀਂ ਕੀਤੀ, ਜਿਹਦੇ ਰੋਸ ਵਜੋਂ ਅਸੀਂ ਆਪਣਾ ਅੱਜ 2 ਘੰਟੇ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਆ। ਇਸ ਤੋਂ ਬਾਅਦ ਅਸੀਂ ਜਿੱਥੇ ਜਿਮਨੀ ਚੋਣਾਂ ਨੇ ਸਰਕਾਰ ਦੀਆਂ, ਉੱਥੇ ਜਿਮਨੀ ਚੋਣਾਂ ਦੇ ਵਿੱਚ ਸਰਕਾਰ ਦਾ ਵਿਰੋਧ ਕਰਾਂ। ਪਰ ਕਿਤੇ ਨਾ ਕਿਤੇ ਆਮ ਲੋਕ ਖੱਜਲ ਖਰਾਬ ਹੋ ਰਹੇ ਨੇ, ਪਰੇਸ਼ਾਨ ਹੋ ਰਹੇ ਨੇ, ਕਿਉਂਕਿ ਆਮ ਲੋਕ ਬਿਲਕੁਲ ਆਮ ਲੋਕ ਪਰੇਸ਼ਾਨ ਹੁੰਦੇ, ਅਸੀਂ ਮਾਫੀ ਚਾਹੁੰਦੇ ਆ, ਪਰ ਇਹ ਮੰਗਾਂ ਲੋਕਾਂ ਦੀਆਂ ਨੇ ਜੀ। ਇਹ ਵਿਭਾਗ ਨਾ ਰਿਹਾ, ਲੋਕਾਂ ਨੂੰ ਸਰਵਿਸ ਸਫਰ ਸਹੂਲਤ ਕਿੱਦਾਂ ਮਿਲੂਗੀ, ਲੋਕਾਂ ਨੇ ਪਿੰਡਾਂ ਤੋਂ ਸ਼ਹਿਰਾਂ ਤੇ ਆਉਣਾ, ਉਹਨਾਂ ਨੂੰ ਸਹੂਲਤ ਕਿੱਦਾਂ ਮਿਲਣੀ ਆ, ਬੱਚਿਆਂ ਨੇ ਪੜ੍ਹਨ ਆਉਣਾ, ਜੇ ਬੱਸਾਂ ਨਾ ਰਹੀਆਂ, ਜੇ ਮੁਲਾਜ਼ਮ ਨਾ ਰਹੇ ਤੇ ਔਖਾ ਹੋ ਜੂਗਾ ਉਹਨਾਂ ਵਾਲੇ ਸਮੇਂ 'ਚ। ਅਸੀਂ ਵਿਭਾਗ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ ਤੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਾਂ। ਜੇਕਰ ਇੱਥੇ ਨੌਕਰੀਆਂ ਬਜਣਗੀਆਂ ਤੇ ਤਾਂ ਹੀ ਪਿੰਡਾਂ ਦੇ ਨੌਜਵਾਨ ਆ ਕੇ ਇੱਥੇ ਨੌਕਰੀਆਂ ਕਰਨਗੇ। ਸੋ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਇਹ ਸੰਘਰਸ਼ ਸਾਡਾ ਵੀ ਆ ਤੇ ਤੁਹਾਡਾ ਵੀ ਉਨਾ ਹੀ ਆ, ਸੋ ਸਾਡਾ ਸਹਿਯੋਗ ਕਰੋ, ਅਸੀਂ ਤੁਹਾਡੇ ਨਾਲ। ਮੇਰਾ ਜੀ ਸੁਖਦੇਵ ਸਿੰਘ ਚੁੰਨੀ, ਪਨਬਸ ਸਟੇਟ ਵਰਕਰ ਯੂਨੀਅਨ ਦਾ ਸੂਬਾ ਸਕੱਤਰ ਹੈ ਜੀ ਮੈਂ, ਅਤੇ ਸਾਡੇ ਨਾਲ ਜਿਹੜੀ ਭਰਾਤਰੀ ਜਥੇਬੰਦੀ ਹੈ ਪਨਬਸ PRTC ਜਿਹੜੀ 25-11 ਯੂਨੀਅਨ, ਉਹ ਵੀ ਸਾਡਾ ਸਹਿਯੋਗ ਦੇ ਰਹੀ ਹੈ PRTC ਦੇ ਪਨਬਸ ਦੇ, ਇਹ ਸਾਂਝਾ ਐਕਸ਼ਨ ਹੈ ਜੀ ਸਾਡਾ। ਅੱਜ ਦਾ ਪ੍ਰੋਗਰਾਮ ਹੈ ਜਿਹੜਾ ਜੀ 2 ਘੰਟੇ ਬੱਸ ਸਟੈਂਡ ਦੇ ਬੰਦ ਨੇ ਜੀ ਪੂਰੇ ਪੰਜਾਬ ਦੇ ਜੀ, ਉਪਰੰਤ 3 ਅਤੇ 9 ਤਰੀਕ ਨੂੰ ਜਿਹੜੇ ਵੀ ਇਲਾਕੇ ਦੇ ਵਿੱਚ ਜਿਮਨੀ ਚੋਣਾਂ ਨੇ ਜੀ, ਉੱਥੇ ਜਾ ਕੇ ਅਸੀਂ ਸਰਕਾਰ ਦਾ ਜਿਹੜਾ ਭੰਡੀ ਪ੍ਰਚਾਰ ਕਰਾਂਗੇ ਪਿੰਡਾਂ ਦੇ ਵਿੱਚ, ਜਾ ਕੇ ਸਰਕਾਰ ਬਾਰੇ ਲੋਕਾਂ ਨੂੰ ਦੱਸਾਂਗੇ ਜਾ ਕੇ ਵੀ ਇਹ ਸਰਕਾਰ ਬੈਕਗ੍ਰਾਊਂਡ 'ਤੇ ਕੀ ਕੁਛ ਕਰ ਰਹੀ ਹੈ ਅਤੇ ਜਕੀਨੀ ਹਕੀਕਤ ਕੀ ਹੈ ਸਰਕਾਰ ਦੀ। ਕਾਰਨ ਤਾਂ ਇਹ ਜੀ, ਸਾਨੂੰ ਅਸੀਂ ਪਿਛਲੇ ਦਿਨਾਂ ਤੋਂ ਮੰਗ ਕਰਦੇ ਆ ਰਹੇ ਸੀ ਵੀ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਦਾ ਹੱਲ ਕੀਤਾ ਜਾਵੇ, ਵਰਕਰ ਨੂੰ ਪੱਕੇ ਕੀਤਾ ਜਾਵੇ, ਜਿਹੜੇ ਮਾਂ ਜੋ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਉਹ ਲਾਗੂ ਕੀਤਾ ਜਾਵੇ, ਸਾਡੇ ਰਿਪੋਰਟਾਂ ਵਾਲੇ ਸਾਥੀ ਜਿਹੜੇ ਲੰਬੇ ਸਮੇਂ ਤੋਂ ਉਹ ਸਸਪੈਂਡ ਨੇ, ਉਹਨਾਂ ਨੂੰ ਬਹਾਲ ਕਰਕੇ ਤੁਰੰਤ ਡਿਊਟੀਆਂ 'ਤੇ ਲਿਆ ਜਾਵੇ, ਇਹ ਸਾਡੀਆਂ ਮੇਨ ਮੰਗਾਂ ਸੀ। 22 ਤਰੀਕ ਦੀ ਸਾਨੂੰ ਮੀਟਿੰਗ ਦਿੱਤੀ ਗਈ ਸੀ, ਪਰ ਅਸੀਂ ਕੱਲ੍ਹ 5 ਵਜੇ ਤੱਕ ਸੈਕਟਰੀਏਟ ਵਿਖੇ ਮੰਤਰੀ ਸਾਹਿਬ ਦੀ ਵੇਟ ਕਰਦੇ ਰਹੇ, ਪਰ ਸਾਨੂੰ ਕੱਢਣਾ ਕਿਸੇ ਨੇ ਮੀਟਿੰਗ, ਉਸ ਦੇ ਇਵਜ਼ ਵਜੋਂ ਅਸੀਂ ਅੱਜ ਜਿਹੜੇ 2 ਘੰਟੇ ਦੇ ਬੱਸ ਨੂੰ ਬੰਦ ਕੀਤੇ ਆ, 3 ਅਤੇ 9 ਤਰੀਕ ਨੂੰ ਜਿਹੜੇ ਅਸੀਂ ਉਹ ਜਿਮਨੀ ਚੋਣ ਹਲਕੇ ਨੇ ਉਹਨਾਂ ਵਿੱਚ ਜਾ ਕੇ ਸਰਕਾਰ ਦਾ ਪਿੰਡ ਸਿਆਪਾ ਕਰਾਂਗੇ ਜੀ। ਹਰਪ੍ਰੀਤ ਸਿੰਘ ਜੀ, ਅੱਛਾ ਕਿੱਥੋਂ ਆਏ ਹੋ, ਕਿੱਥੇ ਜਾਣਾ ਜੀ? ਰਾਏਕੋਟ ਤੋਂ ਆਏ ਜੀ ਅਸੀਂ। ਕਿੱਥੇ ਜਾਣਾ ਬਾਈ ਜੀ? ਅਸੀਂ ਚੰਡੀਗੜ੍ਹ ਜਾਣਾ ਸੀ। ਅੱਛਾ, ਤੁਹਾਨੂੰ ਪਤਾ ਸੀ ਵੀ 2 ਘੰਟੇ ਦੀ ਹੜਤਾਲ ਆ? ਨਹੀਂ ਜੀ, ਸਾਨੂੰ ਪਤਾ ਨਹੀਂ ਸੀ। ਕਿੰਨੀ ਕੁ ਖੱਜਲ ਖਰਾਬੀ ਹੋਈ? ਸਾਰੀ ਬਹੁਤ ਜ਼ਿਆਦਾ ਹੋਈ ਹੈ ਜੀ, ਹੁਣ ਅਸੀਂ ਤੁਰ ਕੇ ਜਾਣਾ ਪੈਣਾ ਬਾਹਰ ਜੀ, ਉੱਥੋਂ ਪਤਾ ਨਹੀਂ ਮੈਂ ਬੱਸ ਮਿਲੂ ਕਿ ਨਹੀਂ ਮਿਲੂਗੀ। ਕੀ ਕਹਿਣਾ ਚਾਹੋਗੇ? ਅਤੇ ਜੇ ਕੋਈ ਹੜਤਾਲ ਖੱਜਲ ਖੁਆਰ ਸਵਾਰੀਆਂ ਹੁੰਦੀਆਂ ਨੇ ਜੀ, ਹੋਰ ਤਾਂ ਕੁਛ ਨਹੀਂ ਹੈਗਾ, ਇਹ ਹੜਤਾਲ ਖਤਮ ਕਰਨੀ ਚਾਹੀਦੀ ਹੈ। ਉਹ ਕਹਿੰਦੇ ਵੀ ਅਸੀਂ ਲੋਕਾਂ ਦੀ ਲੜਾਈ ਲੜ ਰਹੇ ਹਾਂ, ਵੀ ਜੇ ਵਿਭਾਗ ਹੀ ਖਤਮ ਹੋ ਗਿਆ ਤਾਂ ਵੱਡੀਆਂ ਦਿੱਕਤਾਂ ਲੋਕਾਂ ਨੂੰ ਆਉਣੀਆਂ ਨੇ। ਨਹੀਂ, ਪਰ ਜਿੰਨੇ ਹੁਣ ਦੇਖੋ ਲੋਕ ਤਾਂ ਪਰੇਸ਼ਾਨ ਹੋ ਰਹੇ ਹਨ, ਯਾਤਰੀ ਦਾ ਜਿਹੜੇ ਜਾਣ ਵਾਲੇ ਆ, ਅਤੇ ਲੜਾਈ ਤੁਹਾਡੀ ਹੈਗੀ ਆ, ਚਲੋ ਆਪਸ ਜਿਵੇਂ ਮਰਜ਼ੀ ਨਿਬੇੜ ਲਓ, ਪਰ ਇਹ ਖੱਜਲ ਖੁਆਰ ਸਵਾਰੀਆਂ ਨੂੰ ਤਾਂ ਨਾ ਹੋਣ।